ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
Vaheguru 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 Vaheguru
ਵਾਹਿਗੁਰੂ, 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 ਵ
ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ। ਪਈ ਜੀਤ ਮੇਰੀ ਕਿਰਪਾ ਕਾਲ ਕੇਰੀ, ਕੇਵਲ ਕਾਲ ਹੀ ਕਰਤਾਰ। ਉਸ ਅਕਾਲ ਪੁਰਖ ਨੂੰ ਮੁਖਾਤਬ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਪਾਉਂਟਾ ਸਾਹਿਬ ਦੀ ਜੰਗ ਪੰਘਾਣੀ ਦੀ ਜਿੱਤਣ ਜਿੱਤੀ ਸਰਕਾਰ ਨੇ, ਅਤੇ ਜਿੱਤਣ ਤੋਂ ਬਾਅਦ ਇਹ ਨਹੀਂ ਕਿਹਾ ਵੀ ਮੈਂ ਜਿੱਤ ਗਿਆ। ਪਈ ਜੀਤ ਮੇਰੀ, ਮੇਰੀ ਜਿੱਤ ਹੋਈ, ਮਗਰ ਕਿਰਪਾ ਕਾਲ ਕੇਰੀ, ਕਿਰਪਾ ਕਾਲ ਤੇਰੀ ਨਹੀਂ ਕੇਰੀ, ਕਿਰਪਾ ਅਕਾਲ ਪੁਰਖ ਦੀ ਹੋਈ। ਹਰ ਕਦਮ, ਹਰ ਬੋਲ ਬੋਲਣ ਲੱਗੇ ਨੇ, ਚੇਤਾ ਰੱਖਿਆ ਮੇਰੇ ਬਾਪ ਨੇ ਵੀ ਭਯੰਗ ਪ੍ਰਿਹਾਦ ਪ੍ਰਛੰਦ ਤਵ ਪ੍ਰਸਾਦ, ਚਰਪਟ ਛੰਦ ਤਵ ਪ੍ਰਸਾਦ, ਤਵ ਪ੍ਰਸਾਦ ਸਵਈਏ। ਹਰ ਕਰਮ, ਹਰ ਬੋਲ ਬੋਲਣ ਲੱਗਿਆਂ ਜਿਉਂ ਬੁਲਾਵੇਂ ਤਿਉਂ ਬੋਲਾਂ ਸਵਾਮੀ, ਇਹ ਨਿਮਰਤਾ ਮੇਰੇ ਸਾਹਿਬ ਦੀ ਹੈ।
ਸਮਾਜ ਕਦੀ ਅੱਖ ਖੋਲ੍ਹ ਕੇ ਤੱਕੜੀ ਵਿੱਚ ਤੋਲ ਕੇ ਮੇਰੇ ਬਾਬੇ ਦੀ ਜੋਤ ਨੂੰ ਵੇਖੇ? ਇੱਕ ਬਾਬੇ ਦੀ ਜੋਤ ਆ ਜਿਹੜੀ ਕਹਿੰਦੀ ਵੀ ਵਾਹਿਗੁਰੂ ਜਿਸ ਤਰ੍ਹਾਂ ਤੁਸੀਂ ਮੈਨੂੰ ਬੁਲਾ ਰਹੇ ਹੋ ਉਸ ਤਰ੍ਹਾਂ ਮੈਂ ਬੋਲ ਰਿਹਾ। ਮੇਰੀ ਬੋਲਣ ਦੀ ਵੀ ਸ਼ਕਤੀ ਨਹੀਂ, ਮੇਰੇ ਬੋਲਣ ਦੇ ਪਿੱਛੇ ਵੀ ਸਾਰੀ ਸ਼ਕਤੀ ਤੇਰੀ ਆ। ਸਭ ਕਹਿ ਮਦ ਅਲਭ ਤੋਂ ਰਹੇ, ਇੰਨੀ ਡੀਪਲੀ ਇੱਕ ਵਿਚਾਰ ਦੱਸਦੇ ਵੀ ਜੋ ਮੂੰਹ ਦੇ ਵਿੱਚੋਂ ਬੰਦਾ ਬੋਲਦਾ, ਜੋ ਕਿਸ ਕਹਿਣਾ ਸੋ ਆਪੇ ਕਹੇ। ਐਵੇਂ ਬੰਦਾ ਚੁੱਕੀ ਫਿਰਦਾ, ਮੈਂ ਕਿਹਾ ਮੈਂ ਕਿਹਾ ਮੈਂ ਕਿਹਾ, ਆ ਮੈਂ ਵਾਲਿਆਂ ਨੇ ਸਾਰਾ ਇਹ ਜੱਗ ਸੱਚੇ ਦੀ ਕੋਠੜੀ ਨੂੰ ਨਰਕ ਬਣਾ ਕੇ ਰੱਖ ਦਿੱਤਾ। ਇਹ ਜੱਗ ਸੱਚੇ ਦੀ ਕੋਠੜੀ ਸੀ, ਅਤੇ ਜਦੋਂ ਸੱਚੇ ਕਾ ਵਿੱਚ ਵਾਸਾ ਤਾਂ ਬੋਲਦਾ ਵੀ ਫਿਰ ਸੱਚਾ ਹੀ ਹੈ, ਜਦੋਂ ਰਹਿੰਦਾ ਹੀ ਵਿੱਚ ਸੱਚਾ ਹੈ। ਮਗਰ ਐਸਾ ਨਹੀਂ ਹੋਇਆ, ਜਿਉਂ ਬੁਲਾਵੇਂ ਇਹ ਨਿਮਰਤਾ ਹੈ, ਤਿਉਂ ਬੋਲਾਂ ਸਵਾਮੀ। ਹੇ ਵਾਹਿਗੁਰੂ ਤੂੰ ਜਿਸ ਤਰ੍ਹਾਂ ਮੇਰੇ ਕੋਲ ਬੁਲਾਵੇਂ ਮੈਂ ਉਸ ਤਰ੍ਹਾਂ ਬੋਲਾਂ। ਕੁਦਰਤ ਕਮਣ ਹਮਾਰੀ, ਕੁਦਰਤ ਪਾਵਰ, ਕੁਦਰਤ ਮਨੇ ਪਾਵਰ, ਮੇਰੀ ਕੀ ਪਾਵਰ ਆ ਵੀ ਮੈਂ ਬੋਲਾਂ। ਦਰਸ਼ਨ ਕਰੋ ਮੇਰੇ ਬਾਪ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਦਰਸ਼ਨ ਕਰੋ ਸਾਹਿਬ ਗੁਰੂ ਨਾਨਕ ਸਾਹਿਬ ਦੇ। ਦੁਨੀਆ ਦੇ ਲੋਕੋ ਤੁਲਣਾ ਉਹਦੇ ਨਾਲ ਕਰੀਦੀ ਹੈ ਜਿਹੜਾ ਤੁਲਣ ਵਾਲਾ ਹੋਵੇ। ਮੈਂ ਕਹਾਂ ਵੀ ਤੁਹਾਡਾ ਬਾਬਾ ਇਸ ਤਰ੍ਹਾਂ ਦਾ, ਸਾਡਾ ਬਾਬਾ ਇਸ ਤਰ੍ਹਾਂ ਦਾ, ਇਹ 'ਚ ਬਹੁਤ ਵੱਡੀ, ਇੱਕ ਕੋਈ ਦੀਵੇ ਦੇ ਨਾਲ ਸੂਰਜ ਦੀ ਤੁਲਣਾ ਕਰੇ। ਇਹਨਾਂ ਵਿਚਾਰਿਆਂ ਦੇ ਕੀ ਹੱਥ ਵਸਿਆ, ਅਤੁੱਲ ਕਿਉਂ ਤੋਲਿਆ ਜਾਏ? ਅਤੁੱਲ ਮੇਰਾ ਬਾਪੂ ਜਿਹਦਾ ਮੈਂ ਭਾਸ਼ਕ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹ ਅਤੁੱਲਿਆ ਕਿਉਂ ਤੋਲਿਆ ਜਾਏ, ਕਿਸ ਤਰ੍ਹਾਂ ਤੋਲਿਆ ਜਾ ਸਕਦਾ ਹੈ? ਮੇਰੇ ਸਤਿਗੁਰੂ ਜੀ, ਉਹ ਮੇਰੇ ਸੋਹਣਿਆਂ ਦੇ ਸਰਤਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਾਦਰੇ ਹਰਕਾਰ ਸਤਿਗੁਰੂ ਜੀ, ਅਕਾਲ ਉਸਤਤ ਵਿੱਚ ਜਿੱਥੇ ਜਾਪ ਸਾਹਿਬ ਦੇ ਵਿੱਚ ਕਮਾਲ 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 ਕਰਕੇ ਰੱਖਤੀ। ਨਦੀ ਦਾ ਪਾਣੀ ਸਵੇਰੇ ਵੀ ਦੱਸਿਆ ਸੀ ਮਿੱਠਾ ਹੁੰਦਾ, ਨਦੀ ਦਾ ਪਾਣੀ ਮਿੱਠਾ ਹੁੰਦਾ ਕਿਉਂਕਿ ਤੁਰਦਾ ਹੈ, ਤੁਰਦਾ ਹੈ ਅਤੇ ਫਿਲਟਰ ਹੁੰਦਾ ਹੈ। ਮਗਰ ਸਮੁੰਦਰ ਦਾ ਪਾਣੀ ਖਾਰਾ ਹੈ, ਖਾਰਾ ਹੈ, ਟਿਕਿਆ ਹੈ। ਕਿਸੇ ਨੇ ਪੁੱਛਿਆ ਸਮੁੰਦਰ ਦਾ ਪਾਣੀ ਚੰਗਾ ਹੈ ਕਿ ਨਦੀ ਦਾ ਪਾਣੀ ਚੰਗਾ ਹੈ? ਉਹਨੇ ਕਹਿ ਦੀ ਨਦੀ ਦਾ ਚੰਗਾ ਹੈ। ਨਦੀ ਦੇ ਪਾਣੀ ਦੇ ਵਿੱਚ ਡਿੱਗਾ ਹੋਇਆ ਇਨਸਾਨ ਡੁੱਬ ਤੇ ਜਾਂਦਾ ਹੈ, ਨਦੀ ਦੇ ਪਾਣੀ ਵਿੱਚ ਡੁੱਬਿਆ ਇਨਸਾਨ ਫੁੱਲ ਕੇ ਐਡਾ ਸਰੀਰ ਹੋ ਜਾਂਦਾ ਹੈ, ਮੱਛੀਆਂ ਖਾ ਲੈਂਦੀਆਂ। ਮਗਰ ਖਾਰੇ ਸਰੀਰ ਵਿੱਚ ਡਿੱਗਾ ਹੋਇਆ, ਖਾਰੇ ਸਮੁੰਦਰ ਵਿੱਚ ਡਿੱਗਾ ਬੰਦਾ ਗਲ ਕੇ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਇਹ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਮ੍ਰਿਤ ਬਾਣੀ ਹੈ, ਇਹ ਸਮੁੰਦਰ ਹੈ। ਬਹੁਤੇ ਲੋਕਾਂ ਨੇ ਇਹਦੇ 'ਚ ਛਾਲ ਮਾਰਨ ਤੋਂ ਤਾਂ ਗੁਰੇਜ਼ ਕੀਤਾ ਹੈ, ਖਾਰੀ ਹੈ, ਖਾਰਾ ਹੈ, ਕੋਈ ਸਾਡੇ ਮਤਲਬ ਦੀ ਗੱਲ ਨਹੀਂ।
ਨਾ ਇਹਦੇ 'ਚ ਕੋਈ ਤਰਲਾ ਪਾਇਆ ਹੈ। ਜਾਪ ਸਾਹਿਬ ਦੇ ਵਿੱਚ ਕੋਈ ਤਰਲਾ ਨਹੀਂ, ਮਹਾਰਾਜ ਮੈਂ ਪਾਪੀ ਹਾਂ ਮੈਨੂੰ ਬਖਸ਼ ਲਓ, ਮਹਾਰਾਜ ਮੈਂ ਕੁਕਰਮੀ ਹਾਂ ਮੈਨੂੰ ਬਖਸ਼ ਲਓ। ਅਕਾਲ ਉਸਤਤ ਵਿੱਚ ਸਤਿਗੁਰੂ ਨੇ ਉਸ ਰੱਬ ਦੀ ਸਿਫਤ ਸਲਾਹ ਕਰਦਿਆਂ ਪਹਿਲੋਂ ਜਾਪ ਸਾਹਿਬ ਦੇ ਦਰਸ਼ਨ ਕਰਾਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਫਿਰ ਸਤਿਗੁਰੂ ਨੇ ਨਿਤਨੇਮ ਦੀ ਤੀਸਰੀ ਅੰਮ੍ਰਿਤ ਬਾਣੀ ਦਾ ਪ੍ਰਸਾਦ ਸਵਈਏ ਆਪਾਂ ਸਾਂਝੇ ਕੀਤੇ ਨੇ, ਦਰਸ਼ਨ ਕੀਤੇ ਨੇ। ਹੁਣ ਕੱਲ੍ਹ ਤੋਂ ਆਰੰਭ ਹੋਇਆ ਹੈ ਮੇਰੇ ਗਰੀਬ ਨਿਵਾਜ ਪਾਤਸ਼ਾਹ ਦਾ ਉਹ ਅੰਮ੍ਰਿਤ ਵਚਨ, ਉਹ ਅੰਮ੍ਰਿਤ ਬਾਣੀ ਜਿਹੜੀ ਆਪਾਂ ਕੱਲ੍ਹ ਤੋਂ ਆਰੰਭ ਕੀਤੀ ਹੈ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ ਗਰੀਬ ਮੰਗਾਰੇ, ਪਸ਼ ਪਸ਼ੂ ਨਗ ਨਾਗ ਨਰਾਤਵ ਸਰਬ ਸਮੇਂ ਸਭ ਕੋ ਪ੍ਰਤਪਾਰੇ। ਅੱਜ ਸਾਹਿਬ ਜੀ ਕਹਿੰਦੇ ਵੀ ਮੈਂ ਉਸ ਅਕਾਲ ਪੁਰਖ ਦਾ ਪੁਜਾਰੀ ਹਾਂ ਜਿਹਨੇ ਕੀਟ ਪਤੰਗ ਕੁਰੰਗ ਭਯੰਗਮ ਇਹ ਜੀਵ ਜੰਤ ਦੱਸੇ, ਕੀੜੇ ਪਤੰਗੇ ਹਰਨ ਸੱਪ ਇਹ ਪੈਦਾ ਕੀਤੇ। ਹੁਣ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਤਬਕਾ ਜਿਹੜਾ ਸੱਪਾਂ ਦੀ ਪੂਜਾ ਕਰਦਾ ਹੈ, ਸੱਪਾਂ ਦੀ ਪੂਜਾ ਕਰਦਾ ਹੈ, ਕੀੜਿਆਂ ਦੀ ਪੈਦਾ ਪੂਜਾ ਕਰਦਾ, ਕੀੜਿਆਂ ਦੇ ਭੌਣ ਦੇ ਉੱਤੇ ਜਾ ਜਾ ਕੇ ਆਟਾ ਪਾਉਂਦੇ, ਚੌਲ ਪਾਉਂਦੇ, ਜਾਨਵਰਾਂ ਦੀ ਪੂਜਾ ਕਰਦੇ। ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਪੂਜਾ ਕਰਦਾ ਇਹਨਾਂ ਦੀ, ਮੈਂ ਤਾਂ ਉਹਦੀ ਪੂਜਾ ਕਰਦਾ ਜਿੰਨੇ ਇਹ ਬਣਾਏ ਨੇ, ਕੀਟ ਪਤੰਗ ਕੁਰੰਗ ਭਯੰਗਮ ਭੂਤ ਭਵਿੱਖ ਭਵਾਨ ਬਣਾਏ, ਜਿਹਨੇ ਭੂਤਕਾਲ ਬਣਾਇਆ ਹੈ, ਭਵਿੱਖ ਬਣਾਇਆ ਹੈ ਅਤੇ ਜਿਹਨੇ ਵਰਤਮਾਨ ਬਣਾਇਆ ਹੈ। ਮੈਂ ਨਾ ਤਾਂ ਪਿਛਲੀ ਦੀ ਗੱਲ ਦਾ ਧਿਆਨ ਰੱਖਦਾ ਹੈ ਅਤੇ ਨਾ ਮੈਂ ਅੱਜ ਵਾਲੀ ਗੱਲ ਦਾ ਧਿਆਨ ਰੱਖਦਾ ਅਤੇ ਨਾ ਆਉਣ ਵਾਲੇ ਸਮੇਂ ਦੀ ਪਰਵਾਹ ਕਰਦਾ। ਮੈਂ ਪੂਜਾ ਕਰਦਾ ਉਹਦੀ ਜਿਹਨੇ ਪਿਛਲਾ ਸਮਾਂ ਬਣਾਇਆ, ਜਿਹਨੇ ਅਗਲਾ ਸਮਾਂ ਬਣਾਇਆ ਅਤੇ ਜਿਹਨੇ ਅੱਜ ਦਾ ਸਮਾਂ ਬਣਾਇਆ। ਬੜੇ ਗਹਿਰੇ ਸ਼ਬਦ ਨੇ ਕੀਟ ਪਤੰਗ ਕੁਰੰਗ, ਕੀੜੇ ਪਤੰਗੇ ਕੁਰੰਗ ਹਰਨ ਭਯੰਗਮ ਸੱਪ ਜਿਹਨੇ ਪੈਦਾ ਕੀਤੇ ਆ। ਬਹੁਤ ਸਾਰਾ ਸਮਾਜ ਸੱਪਾਂ ਦੀ ਪੂਜਾ ਵਿੱਚ ਲੱਗਾ ਹੈ। ਭੂਤ ਭਵਿੱਖ ਭਵਾਨ ਬਣਾਏ, ਜਿਹਨੇ ਭੂਤ ਪਿਛਲਾ ਸਮਾਂ, ਭਵਿੱਖ ਆਉਣ ਵਾਲਾ ਅਤੇ ਭਵਾਨ ਜਿਹੜਾ ਵਰਤਮਾਨ ਵਰਤ ਰਿਹਾ ਹੈ, ਇਹਨੇ ਜਿਹਨੇ ਬਣਾਏ ਨੇ ਮੈਂ ਉਹਦਾ ਉਪਾਸ਼ਕ ਹਾਂ। ਜਿਹੜੇ ਵਾਹਿਗੁਰੂ ਨੇ ਦੇਵ ਅਦੇਵ, ਮੈਂ ਦੇਵਤੇ ਦੀ ਪੂਜਾ ਨਹੀਂ ਕਰਦਾ, ਮੈਂ ਰਾਕਸ਼ਸ ਦੀ ਪੂਜਾ ਨਹੀਂ ਕਰਦਾ। ਮਹਾਰਾਜ ਕਿਉਂ ਨਹੀਂ ਤੁਸੀਂ ਕਰਦੇ ਇਹਨਾਂ ਦੀ ਪੂਜਾ? ਸਾਰਾ ਸਮਾਜ ਕਰਦਾ, ਕਿਸੇ ਰਾਕਸ਼ਸ ਨੂੰ ਮੰਨਦੇ, ਭੈਰੋਂ ਨੂੰ ਮੰਨਦੇ, ਫਲਾਣੇ ਨੂੰ ਮੰਨਦੇ, ਕੋਈ ਇੰਦਰ ਨੂੰ ਮੰਨਦਾ, ਮਨਿੰਦਰ ਨੂੰ ਮੰਨਦਾ ਹੈ। ਸਾਹਿਬ ਕਹਿੰਦੇ ਨਹੀਂ, ਮੈਂ ਇਹਨਾਂ ਦੀ ਤਾਂ ਪੂਜਾ ਨਹੀਂ ਕਰਦਾ, ਦੇਵ ਅਦੇਵ ਖਪੇ ਅਹਮੇਵ, ਖਪੇ ਅਹਮੇਵ, ਇਹ ਹੰਕਾਰ 'ਚ ਖਪ ਗਏ ਨੇ। ਨਾ ਦੇਵਤੇ ਦਾ ਹੰਕਾਰ ਟੁੱਟਾ, ਮੈਂ ਦੇਵਤਾ ਵਾਂ, ਨਾ ਰਾਕਸ਼ਸ ਦਾ ਹੰਕਾਰ ਟੁੱਟਾ, ਮੈਂ ਰਾਕਸ਼ਸ ਹਾਂ। ਖਪੇ ਅਹਮੇਵ, ਨਾ ਭੇਵ ਲਖਿਓ, ਉਸ ਵਾਹਿਗੁਰੂ ਦਾ ਭੇਦ ਨਹੀਂ ਜਾਣ ਸਕੇ। ਭਰਮ ਸਿਉਂ ਭਰਮਾਏ, ਭਰਮ ਸਿਉਂ ਭਰਮਾਏ, ਭਰਮਾਂ ਵਿੱਚ ਹੀ ਭਰਮਦੇ ਭਰਮਦੇ ਮਰ ਗਏ। ਦੇਵਤੇ ਦੇਵੀਆਂ ਰਾਕਸ਼ਸ, ਮੈਂ ਇਹਨਾਂ ਦਾ ਪਾਸ਼ਕ ਨਹੀਂ, ਨਾ ਮੈਂ ਕੀੜਿਆਂ ਪਤੰਗਾਂ ਭੂਤ ਭਵਿੱਖ ਭਵਾਨ ਦਾ, ਮੈਂ ਤਾਂ ਉਹਦਾ ਪਾਸ਼ਕ ਹਾਂ ਜਿਹਨੇ ਇਹਨਾਂ ਨੂੰ ਬਣਾਇਆ। ਕੀੜੇ ਬਣਾਏ, ਪਤੰਗੇ ਬਣਾਏ, ਹਰਨ ਬਣਾਏ, ਸੱਪ ਬਣਾਏ,
ਇਹ ਸਾਰੇ ਜਿਹਨੇ ਬਣਾਏ ਮੈਂ ਉਹਦਾ ਆਪ ਅਸ਼ਕਿਆਂ ਵੇਦ ਪੁਰਾਣ ਕਤੇਬ ਕੁਰਾਨ ਇਹ ਜਿੰਨੇ ਵੇਦ ਨੇ ਪੁਰਾਣ ਨੇ ਕਤੇਬ ਨੇ ਕੁਰਾਨ ਹਸੇਬ ਥੱਕੇ ਕਰ ਹਿਸਾਬ ਕਰਦੇ ਕਰਦੇ ਉਸ ਵਾਹਿਗੁਰੂ ਦਾ ਥੱਕ ਗਏ ਮਗਰ ਉਹ ਵਾਹਿਗੁਰੂ ਇਹਨਾਂ ਦੇ ਹੱਥ 'ਚ ਨਹੀਂ ਆਇਆ ਹੱਥ ਨਾ ਆਏ ਹੱਥ ਨਾ ਆਏ ਉਹ ਇਹਨਾਂ ਦੇ ਹੱਥ ਨਹੀਂ ਆਇਆ ਆਖਿਆ ਜੀ ਕਿੰਨਾ ਦੇ ਆਇਆ ਸਾਹਿਬ ਜੀ ਕਹਿੰਦੇ ਪੂਰਨ ਪ੍ਰੇਮ ਪ੍ਰਭਾਓ ਬਿਨਾ ਪੂਰਨ ਪ੍ਰੇਮ ਪ੍ਰਭਾਓ ਬਿਨਾ ਪੂਰਨ ਪ੍ਰੇਮਾ ਭਗਤੀ ਪਤ ਸਿਉ ਕਿਨ ਸ੍ਰੀ ਪਦਮਾ ਪਤ ਪਾਏ ਉਸ ਵਾਹਿਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਉਹਦੇ ਨਾਲ ਪੂਰਨ ਤੌਰ 'ਤੇ ਪ੍ਰੇਮ ਕਰਨ ਨਾਲ ਤੋਂ ਬਿਨਾਂ ਪੂਰਨ ਜੋਤ ਜਗਣ ਤੋਂ ਬਿਨਾਂ ਕਿੰਨੇ ਅੱਜ ਤੱਕ ਵਾਹਿਗੁਰੂ ਨੂੰ ਪਾਇਆ ਹੈ ਵਾਹਿਗੁਰੂ ਬੜਾ ਸੋਹਣਾ ਬਚਨ ਕਰਦੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਉਹਦਾ ਪਾਸ਼ਕਿਆਂ ਜਿਹੜਾ ਆਦਿ ਅਨੰਤ ਆਦਿ ਤੋਂ ਅੰਤ ਤੋਂ ਰਹਿਤ ਵਾਹਿਗੁਰੂ ਅਗਾਧ ਜਿਹਦੀ ਗਾਹ ਨਾ ਪਾਈ ਸਕੇ ਅਦੈਵਕ ਜਿਹਨੂੰ ਕਿਸੇ ਨਾਲ ਦਵੈਸ਼ ਨਹੀਂ ਹੁਣ ਲੋਕ ਪੂਜਾ ਵੀ ਤਾਂ ਉਹ ਜੀ ਕਰਦੇ ਇੰਦਰ ਦੀ ਲੜਾਈ ਹੋਈ ਹੈ ਰਾਕਸ਼ਾਂ ਨਾਲ ਇੰਦਰ ਦੇਵਤਾ ਹੈ ਦੇਵਤਿਆਂ ਦਾ ਦੇਵਤਾ ਉਹਨੂੰ ਰਾਜਾ ਮੰਨਿਆ ਦੇਵਤਿਆਂ ਦਾ ਸਾਰੇ ਦੇਵਤਿਆਂ ਦਾ ਉਹਨੂੰ ਰਾਜਾ ਮੰਨਿਆ ਮਗਰ ਇੰਦਰ ਦੀ ਰਾਕਸ਼ਾਂ ਨਾਲ ਬਹੁਤ ਵਾਰ ਲੜਾਈ ਹੋਈ ਦੇਵੀ ਦੀ ਰਾਕਸ਼ਾਂ ਨਾਲ ਲੜਾਈ ਹੋਈ ਮਗਰ ਰਾਕਸ਼ਾਂ ਨਾਲ ਲੜਾਈ ਜੇ ਦੇਵਤਿਆਂ ਦੀ ਹੋਈ ਹੈ ਤਾਂ ਦਵੈਤ ਅੰਦਰ ਪੈਦਾ ਹੋਈ ਤਾਂ ਹੋਈ ਆ ਇੱਕ ਦੂਸਰੇ 'ਤੇ ਹਮਲੇ ਕਰਦੇ ਰਹੇ ਇੱਕ ਦੂਸਰੇ ਨਾਲ ਲੜਦੇ ਰਹੇ ਸਾਹਿਬ ਜੀ ਕਹਿੰਦੇ ਉਹ ਜਿਹੜਾ ਸਾਰਿਆਂ ਦਾ ਆਦਿ ਆ ਅਨੰਤ ਆ ਅਗਾਧ ਆ ਅਤੇ ਦਵੈਸ਼ ਰਹਿ ਤਾਂ ਵਾਹਿਗੁਰੂ ਆ ਅਤੇ ਭੂਤ ਅਤੇ ਭਵਿੱਖ ਅਤੇ ਸਾਰੇ ਜਿਹੜੇ ਸਮੇਂ ਵਿੱਚ ਜਿਹੜਾ ਸੁਭਾਏਮਾਨ ਆ ਵਿੱਚ ਅਤੇ ਭੈ ਰਹਿਤ ਆ ਅਭੈ ਭੈ ਤੋਂ ਰਹਿਤ ਆ ਜਿਹੜਾ ਵਾਹਿਗੁਰੂ ਮੈਂ ਤਾਂ ਉਹਦਾ ਪਾਸ਼ਕਿਆ ਬਈ ਅਤੇ ਮੈਂ ਸੰਸਾਰ ਦੇ ਲੋਕਾਂ ਨੂੰ ਵੀ ਇਹ ਹੀ ਬੇਨਤੀ ਕਰਦੀ ਜਪੋ ਤਾਂ ਇੱਕੋ ਨਾਮਾ ਅਵਰ ਨਰਾਫਲ ਕਾਮਾ ਇੱਕ ਅਕਾਲ ਪੁਰਖ ਨਾਲ ਜੁੜੋ ਇੱਕੋ ਹੈ ਭਾਈ ਇੱਕੋ ਹੈ ਸਹਿਬ ਮੇਰਾ ਇੱਕੋ ਹੈ ਜਿਨ੍ਹਾਂ ਲਈ ਲੜਦੇ ਮਰਦੇ ਹੋ ਜਿਨ੍ਹਾਂ ਲਈ ਸੋਚਦੇ ਹੋ ਵੀ ਇਹ ਸਾਡੇ ਸਿੱਖ ਭਰਾਵਾਂ ਦਾ ਕੀ ਬਣੂੰਗਾ ਸਿੱਖ ਕੌਣ ਆ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਹਿਬ ਮੈਂ ਉਸਕਾ ਚਿਹਰਾ ਇਹ ਕਦੇ ਸਿੱਖ ਆ ਬੜੀ ਬੇਸ਼ਰਮੀ ਨਾਲ ਦਾੜੀਆਂ ਕੱਟੀਆਂ ਬੜੀ ਬੇਸ਼ਰਮੀ ਨਾਲ ਮੁੱਛਾਂ ਕੱਟੀਆਂ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਸਰੂਪ ਸ਼ਾਮ ਨੂੰ ਸ਼ਰਾਬਾਂ ਪੀਂਦੇ ਸਿਗਰਟਾਂ ਵੇਚਦੇ ਸ਼ਰਾਬਾਂ ਵੇਚਦੇ ਤੰਬਾਕੂ ਵੇਚਦੇ ਠੱਗੀ ਕਰਦੇ ਚੋਰੀ ਕਰਦੇ ਉਹ ਗੁਰੂ ਕਿਉਂ ਸਿੱਖੋ ਤੋਬਾ ਖੁਦਾ ਦੀ ਇਹਨਾਂ ਨੂੰ ਸਿੱਖ ਨਾ ਕਹੋ ਸਿੱਖ ਉਹ ਆ ਜਿਹੜਾ ਰਹਿਤ 'ਚ ਪੂਰਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਉਹਦਾ ਪਾਸ਼ਕਾਂ ਜਿਹੜਾ ਆਦਿ ਅਨੰਤ ਅਗਾਧ ਅਦੈਵਕ ਦਵੈਸ਼ ਤੋਂ ਰਹਿਤ ਆ ਜਿਹੜਾ ਸੋ ਭੂਤ ਭਵਿੱਖ ਭਵਾਨ ਪਿੱਛੇ ਭਵਿੱਖ ਵਿੱਚ ਅਤੇ ਅੱਜ ਦੇ ਸਮੇਂ 'ਚ ਜਿਹੜਾ ਡਰ ਤੋਂ ਰਹਿਤ ਆ ਖੌਫ ਤੋਂ ਰਹਿਤ ਆ ਮੈਂ ਤਾਂ ਉਹਦਾ ਪਾਸ਼ਕ ਹਾਂ ਜਿਹੜਾ ਡਰਦਾ ਹੈ ਕਿਸੇ ਤੋਂ ਮੈਂ ਉਹਦਾ ਪਾਸ਼ਕ ਨਹੀਂ ਡਰਨ ਵਾਲੇ ਦਾ ਪਾਸ਼ਕ ਹੋ ਕੇ ਮੈਂ ਕਿੱਥੇ ਡਰ ਤੋਂ ਰਹਿਤ ਹੋ ਜਾਊਂ ਨਿਰਭਉ ਜਪੇ ਸਗਲ ਭਉ ਮਿਟੇ ਸਾਰੇ ਡਰ ਉਹਦੇ ਮਿਟਣਗੇ ਜਿਹੜਾ ਨਿਰਭਉ ਨੂੰ ਜਪੂਗਾ ਅਤੇ ਜਿਹੜਾ ਸੱਪ ਕਿਸੇ ਕੋਲੋਂ ਡਰ ਰਿਹਾ ਸੱਪ ਦੀ ਪੂਜਾ ਕਰਨ ਵਾਲਾ ਨਿਰਭਉ ਕਿਸ ਤਰ੍ਹਾਂ ਹੋਜੂ
ਦੇਵੀ ਦੇਵਤੇ ਪੀਰ ਪਕੰਬਰ ਜਿਹੜੇ ਜਿੰਨਾਂ ਦੀ ਪੂਜਾ ਕਰਦੇ, ਡਰਪੇ ਧਰਤ ਆਕਾਸ਼ ਨਖੱਤਰਾ, ਡਰਪੇ ਧਰਤ ਆਕਾਸ਼ ਨਖੱਤਰਾ, ਧਰਤੀ ਵੀ ਡਰਦੀ, ਆਕਾਸ਼ ਵੀ ਡਰਦਾ, ਤਾਰੇ ਤਾਰੇ ਵੀ ਡਰਦੇ। ਡਰਪੇ ਇੰਦਰ ਵਿਚਾਰਾ, ਪੌਣ ਪਾਣੀ ਬਸੰਤਰ ਡਰਪੇ, ਡਰਪੇ ਇੰਦਰ ਵਿਚਾਰਾ, ਸਾਰਾ ਹੀ ਕੁਝ ਡਰਦਾ ਹੈ। ਪੌਣ ਵੀ ਡਰਦੀ, ਹਵਾ ਵੀ ਡਰਦੀ, ਪਾਣੀ ਵੀ ਡਰਦਾ ਹੈ, ਅੱਗ ਵੀ ਡਰਦੀ, ਇੰਦਰ ਵੀ ਡਰਦਾ ਹੈ। ਕੌਣ ਨਹੀਂ ਡਰਦਾ? ਕਹੋ ਨਾਨਕ ਭਗਤਨ ਕਾ ਸੰਗੀ ਅਤੇ ਭਗਤ ਸੋਹੇ ਦਰਬਾਰਾ। ਭਗਤਾਂ ਦਾ ਸੰਗੀ ਜਿਹੜਾ ਵਾਹਿਗੁਰੂ ਪਰਮੇਸ਼ੁਰ ਆ, ਜਿਹੜਾ ਨਹੀਂ ਡਰਦਾ, ਜਿਹੜਾ ਉਹਦੇ ਨਾਲ ਜੁੜਦਾ ਉਹਨੂੰ ਵੀ ਭੈ ਤੋਂ ਰਹਿਤ ਕਰ ਦਿੰਦਾ ਹੈ। ਅੰਤ ਵਿਹੀਨ, ਅੰਤ ਤੋਂ ਰਹਿਤਾ, ਜਿਹਦਾ ਕਦੀ ਅੰਤ ਨਹੀਂ ਆਉਣਾ। ਅਨਾਤਮ, ਆਤਮਾ ਤੋਂ ਰਹਿਤਾ, ਅਨਾਤਮ ਆਪ ਉਹ ਵਾਹਿਗੁਰੂ। ਅਦਾਗ, ਅਦਾਗ ਜਿਹਨੂੰ ਕੋਈ ਦਾਗ ਨਹੀਂ ਲੱਗਾ, ਇੱਕ ਅਕਾਲ ਪੁਰਖ ਆ ਜਿਹਨੂੰ ਕੋਈ ਦਾਗ ਨਹੀਂ ਲੱਗਾ। ਜੋ ਜੋ ਜੂਨੀ ਆਇਓ, ਜਿਹੜੇ ਜਿਹੜੇ ਜੂਨਾਂ ਵਿੱਚ ਆਏ, ਤੇਹੇ ਤੇਹੇ ਉਰਜਾਇਓ, ਉਹੋ ਹੀ ਇਹੋ ਹੀ ਇੱਥੇ ਆਣ ਕੇ ਉਲਝਿਆ, ਉਹ ਉਲਝ ਗਿਆ ਇੱਥੇ, ਜਿਹੜਾ ਜਿਹੜਾ ਜੂਨੀ ਆਇਆ ਉਹ ਉਲਝਿਆ। ਅੰਤ ਵਿਹੀਨ, ਅੰਤ ਤੋਂ ਰਹਿਤ, ਆਤਮਾ ਤੋਂ ਰਹਿਤ ਆਪ ਵਾਹਿਗੁਰੂ ਪਰਮੇਸ਼ੁਰ, ਅਤੇ ਅਦਾਗ ਜਿਹਨੂੰ ਕੋਈ ਦਾਗ ਨਹੀਂ ਲੱਗ ਸਕਦਾ, ਉਹ ਵਾਹਿਗੁਰੂ ਪਰਮੇਸ਼ੁਰ, ਦਾਗ ਤੋਂ ਰਹਿਤ ਜਿਹੜਾ ਵਾਹਿਗੁਰੂ ਹੈ। ਅਦੋਖ, ਦੋਖ ਤੋਂ ਰਹਿਤ, ਗੁਨਾਹਾਂ ਤੋਂ ਰਹਿਤ, ਕੋਈ ਗੁਨਾਹ ਨਹੀਂ ਉਹਦੇ 'ਚ, ਰੱਬ ਵਿੱਚ ਕੋਈ ਗੁਨਾਹ ਨਹੀਂ, ਸਗੋਂ ਗੁਨਾਹ ਬਖਸ਼ਣ ਵਾਲਾ ਹੈ। ਕਿ ਅਫੂਅਲ, ਸਾਰੇ ਗੁਨਾਹ ਬਖਸ਼ਣ ਵਾਲਾ ਹੈ, ਅਤੇ ਬਖਸ਼ੂ ਉਹ ਜਿਹਦੇ 'ਚ ਆਪ ਨਹੀਂ। ਜੱਜ ਤਾਂ ਉਹੋ ਹੀ ਬਹਿ ਸਕਦਾ ਕੁਰਸੀ 'ਤੇ ਜਿੱਤੇ ਆਪ 'ਤੇ ਕਿਸੇ 'ਤੇ ਮੁਕੱਦਮਾ ਨਹੀਂ, ਜੱਜ ਤਾਂ ਬਣ ਕੇ ਉਹ ਹੀ ਬਹੁ ਨਾ। ਅਤੇ ਜੇ ਉਹ ਵੀ ਮੁਕੱਦਮਿਆਂ ਦੇ ਵਿੱਚ ਉਲਝਿਆ ਤਾਂ ਉਹ ਜੱਜ ਥੋੜ੍ਹਾ ਬਣ ਸਕਦਾ ਹੈ। ਰੱਬ ਇੱਕ ਐਸਾ ਜੱਜ ਆ ਜਿੱਥੇ ਕੋਈ ਕੇਸ ਨਹੀਂ, ਸਾਰੀ ਦੁਨੀਆ ਦਾ ਨਿਆਂ ਕਰਨ ਵਾਲਾ ਆਪ ਵਾਹਿਗੁਰੂ ਪਰਮੇਸ਼ੁਰ। ਐਸੀ ਉੱਚੀ ਅਤੇ ਸੁੱਚੀ ਹਸਤੀ ਆ ਵੀ ਜਿਹਦੇ 'ਚ ਕੋਈ ਗੁਨਾਹ ਨਹੀਂ, ਸਗੋਂ ਗੁਨਾਹ ਮਾਫ਼ ਕਰਦਾ ਹੈ। ਕੋਈ ਬੰਦਾ ਕਹਿੰਦਾ ਮੇਰੇ 'ਚ ਇੰਨੇ ਗੁਨਾਹ ਨੇ, ਉਹ ਕਹਿੰਦਾ ਗਿਣਤੀ ਨਾ ਕਰ, ਅਤੇ ਤੂੰ ਸਿੱਧਾ ਹੀ ਆਣ ਕੇ ਇੱਕ ਐਪਲੀਕੇਸ਼ਨ ਦੇ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਰੱਖ ਦੇ। ਕੱਲ੍ਹ ਵੀ ਕਿਹਾ ਸੀ ਉਹ ਬਖਸ਼ ਦਿੰਦਾ ਹੈ ਜਿਹੜਾ ਉਹਨੂੰ ਆਪਣੇ ਗੁਨਾਹ ਦੱਸ ਦਿੰਦਾ ਹੈ। ਵੈਸੇ ਉਹਨੂੰ ਪਤਾ ਸਾਰਿਆਂ ਦਾ, ਬਿਨਾਂ ਦੱਸਣ ਤੋਂ ਹੀ ਉਹ ਜਾਣਦਾ ਹੈ, ਮਗਰ ਉਹ ਖੁਸ਼ ਬੜਾ ਹੁੰਦਾ। ਜਿਵੇਂ ਇੱਕ ਬਾਪ ਦਾ ਬੇਟਾ ਆਪਣੇ ਪਿਓ ਨੂੰ ਆਣ ਕੇ ਕਹਿੰਦਾ ਡੈਡੀ ਮੇਰੇ ਕੋਲੋਂ ਆਹ ਗਲਤੀ ਹੋ ਗਈ, ਅਤੇ ਮਿੱਠੀ ਜਿਹੀ ਮੁਸਕਰਾਉਣ ਮੂੰਹ 'ਤੇ ਲਿਆ ਕੇ ਪਿਓ ਕਹਿੰਦਾ ਅੱਗੇ ਤੋਂ ਨਾ ਕਰੀਂ ਫਿਰ। ਇਸੇ ਤਰ੍ਹਾਂ ਰੱਬ ਨੂੰ ਜਿਹੜੇ ਲੋਕ ਕਹਿੰਦੇ ਨਾ ਡੈਡੀ ਜੀ ਮੇਰੇ ਕੋਲੋਂ ਗਲਤੀ ਹੋ ਗਈ, ਰਮਈਆ ਹਾਂ ਬਾਰਕ ਤੇਰਾ, ਹੇ ਵਾਹਿਗੁਰੂ ਮੈਂ ਤੇਰਾ ਬੱਚਾ ਹਾਂ, ਕਾਹੇ ਨਾ ਖੰਡਤ ਸਭ ਗੁਣ ਮੇਰਾ, ਦੱਸਿਆ ਹੋਊ ਤਾਂ ਕਿਹਾ ਨਾ, ਦੱਸਿਆ ਹੋਊ ਤਾਂ ਕਿਹਾ ਨਾ ਵੀ ਕਾਹੇ ਨਾ ਖੰਡਤ ਸਭ ਗੁਣ ਮੇਰਾ, ਵੀ ਡੈਡੀ ਮੈਂ ਤੁਹਾਡਾ ਪੋਤਾ ਅਤੇ ਮੈਂ ਤੁਹਾਨੂੰ ਗਲਤੀ ਦੱਸਤੀ ਅਤੇ ਤੁਸੀਂ ਇਹ ਗਲਤੀ ਨੂੰ ਮਾਫ਼ ਕਿਉਂ ਨਹੀਂ ਕਰਦੇ ਹੁਣ। ਰੱਬ ਏਡਾ ਦਿਆਲੂ ਕਿਰਪਾਲੂ ਆ ਵੀ ਰੱਬ ਕਹਿੰਦਾ ਮੈਂ ਤੇਰੇ ਸਾਰੇ ਗੁਨਾਹ ਮਾਫ਼ ਕਰੂੰਗਾ, ਮਗਰ ਮੈਨੂੰ ਇਹ ਨਾ ਕਹੀ ਵੀ ਮੈਨੂੰ ਪਤਾ ਨਹੀਂ। ਜਿਹੜੇ ਡੈਡੀ ਦਾ ਪੁੱਤ ਕਹਿੰਦਾ ਹੈ ਨਾ ਵੀ ਮੇਰੇ ਡੈਡੀ ਨੂੰ ਮੇਰੇ ਆ ਗੁਨਾਹਾਂ ਦਾ ਨਹੀਂ ਪਤਾ, ਫਿਰ ਜਿੱਦਣ ਪਤਾ ਲੱਗਦਾ ਡੈਡੀ ਵੈਸੇ ਨਾਰਾਜ਼ ਵੀ ਹੁੰਦਾ ਅਤੇ ਦੁਖੀ ਵੀ ਹੁੰਦਾ।
ਬੜੇ ਚੰਗੇ ਪੁੱਤ ਨੇ ਜਿਹੜੇ ਆਪਣੇ ਪਿਓ ਨੂੰ ਕਹਿੰਦੇ ਡੈਡੀ ਤੁਹਾਨੂੰ ਸਭ ਕੁਛ ਪਤਾ ਹੈ, ਮਾਫ਼ ਕਰ ਦਿੰਦਾ ਹੈ। ਸਾਹਿਬ ਜੀ ਅੱਜ ਕਹਿੰਦੇ ਵੀ ਮੈਂ ਤਾਂ ਉਹਦਾ ਪਾਸ਼ਕ ਹਾਂ ਜਿਹੜਾ ਅਦਾ ਗਿਆ, ਜਿਹਨੂੰ ਕੋਈ ਦਾਗ ਨਹੀਂ ਅਤੇ ਅਦੋਖ, ਜਿਹਨੂੰ ਕੋਈ ਗੁਨਾਹ ਨਹੀਂ, ਜਿਹਦੇ 'ਚ ਕੋਈ ਗੁਨਾਹ ਨਹੀਂ, ਅਛਿਦਰ ਜਿਹਦੇ 'ਚ ਕੋਈ ਛਿਦਰ ਨਹੀਂ, ਛੇਕ ਨਹੀਂ। ਅਸੀਂ ਸਾਰੇ ਜਿੰਨੇ ਲੋਕ ਹਨ ਕਬੀਰ ਬੇੜਾ ਜਰਜਰਾ, ਇਹ ਜ਼ਿੰਦਗੀ ਦਾ ਬੇੜਾ, ਇੱਕ ਨਹੀਂ ਫੂਟੇ ਛੇਕ ਹਜ਼ਾਰ। ਆ ਜਿੰਨੇ ਬੜੇ ਬੜੇ ਦਾਨਿਸ਼ਮੰਦ ਤੁਰੇ ਫਿਰਦੇ ਨਾ, ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਕੋਈ ਦਿੱਲੀ ਕਮੇਟੀ ਦਾ ਪ੍ਰਧਾਨ, ਕੋਈ ਸਿੰਘ ਸਾਹਿਬ, ਕੋਈ ਮੇਰੇ ਵਰਗੇ ਪ੍ਰਚਾਰ ਕਰਾਗੀ ਢਾਡੀ ਸੰਤ ਮਹਾਤਮਾ, ਜਿਹਦਨ ਮੰਨ ਜਾਣਗੇ ਉਹਨੂੰ ਕਬੀਰ। ਜੇ ਮੰਨ ਗਿਆ, ਜੇ ਕਬੀਰ ਮੰਨ ਗਿਆ ਤਾਂ ਪਤਾ ਕਿੱਥੇ ਜਾ ਕੇ ਬੈਠਾ, ਆਪ ਤੋਂ ਜਾਏ ਚੜੇ ਸਿੰਘਾਸਨ। ਜੇ ਕਬੀਰ ਨੇ ਇਹ ਗੱਲ ਮੰਨੀ ਕਿ ਕਬੀਰ ਸਭ ਤੋਂ ਹਮ ਬੁਰੇ ਅਤੇ ਬਹਿ ਗਿਆ ਸਾਰਿਆਂ ਤੋਂ ਚੰਗਾ ਬਣ ਕੇ, ਇਹ ਹੁਣ ਕਹਿੰਦੇ ਨੇ ਸਭ ਤੋਂ ਚੰਗੇ ਅਸੀਂ ਅਤੇ ਸਭ ਤੋਂ ਬੁਰੇ ਅਖਵਾਉਂਦੇ ਨੇ। ਜਿਹੜਾ ਜਿਹੜਾ ਕਹਿੰਦਾ ਨਾ ਅਸੀਂ ਸਭ ਤੋਂ ਚੰਗੇ ਹਾਂ, ਸੰਸਾਰ ਉਹਨਾਂ ਨੂੰ ਸਭ ਤੋਂ ਬੁਰੇ ਕਹਿੰਦਾ ਹੈ। ਕੋਈ ਫੂਲ ਮਾਲਾ ਨਹੀਂ ਸੁਰਤ ਵਿੱਚ ਪਾਉਂਦਾ ਇਹਨਾਂ ਪ੍ਰਧਾਨਾਂ ਸਕੱਤਰਾਂ ਪ੍ਰਚਾਰਕਾਂ ਦੇ ਗਲਾਂ 'ਚ, ਕਹਿੰਦੇ ਅਸੀਂ ਜਾਣਦੇ ਹਾਂ ਜੀ ਸਾਰਿਆਂ ਨੂੰ। ਇੱਕ ਬਾਬਾ ਕਬੀਰ ਆ ਜਿਹੜਾ, ਕਬੀਰ ਸਭ ਤੇ ਹਮ ਬੁਰੇ, ਕਬੀਰ ਸਭ ਤੇ ਹਮ ਬੁਰੇ ਅਤੇ ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੇ ਭਲੇ, ਇੱਕ ਮੈਂ ਹੀ ਭਲਾ ਨਹੀਂ। ਜਿਨ ਐਸਾ ਕਰ ਬੁੱਝਿਆ, ਜਿਨ ਜਿਹਨੇ ਐਸਾ ਕਰਕੇ ਸੁਰਤ ਵਿੱਚ ਬੁੱਝਿਆ ਵੀ ਸਭ ਤੇ ਹਮ ਬੁਰੇ, ਮੀਤ ਹਮਾਰਾ ਸੋਏ। ਮੇਰਾ ਸਾਹਿਬ ਕਹਿੰਦਾ ਅਕਾਲ ਪੁਰਖ ਵੀ ਜਿਹਨੇ ਇਹ ਗੱਲ ਬੁੱਝ ਲਈ ਉਹ ਮੇਰਾ ਮਿੱਤਰ ਆ, ਅਤੇ ਮਿੱਤਰ ਆਣ ਕੇ ਤੁਹਾਡੇ ਸੋਫੇ 'ਤੇ ਬਹਿ ਸਕਦਾ ਹੈ, ਮਿੱਤਰ ਆਣ ਕੇ ਤੁਹਾਡੇ ਵਾਲੀ ਕੁਰਸੀ 'ਤੇ ਬਹਿ ਸਕਦਾ ਹੈ। ਅਤੇ ਮਰਦ ਕਬੀਰ ਬੈਠਾ ਜਿਹਨੇ ਕਿਹਾ ਸੀ ਨਾ ਸਭ ਤੋਂ ਹਮ ਬੁਰੇ, ਫਿਰ ਉਹਨੇ ਹੀ ਇਹ ਕੁਝ ਕਿਹਾ, ਆਪ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਵੇਖ ਲਓ ਇੱਕੇ ਜਗ੍ਹਾ 'ਤੇ ਬਹਿ ਗਿਆ, ਇੱਕੇ ਤਖ਼ਤ 'ਤੇ ਬਹਿ ਗਿਆ। ਬਾਬਾ ਕਬੀਰ ਇੱਕ ਐਸਾ ਹੈ ਜਿਹੜਾ ਕਹਿੰਦਾ ਕਬੀਰ, ਇੱਥੇ ਛਿਦਰ ਦੀ ਗੱਲ ਚੱਲ ਰਹੀ, ਛੇਕ ਦੀ ਗੱਲ ਚੱਲ ਰਹੀ। ਅੱਜ ਆਪਾਂ ਥੋੜ੍ਹੀ ਜਿਹੀ ਸੁਰਤ ਵਿਚਾਰੀਏ, ਹਮ ਡੋਲਤ ਬੇੜੀ ਕਦੀ ਮੰਨੂਗਾ ਬੰਦਾ? ਆ ਜਿਹੜੇ ਉਂਗਲਾਂ ਐਂ ਕਰਕੇ ਵੀਡੀਓ ਬਣਾਉਂਦੇ ਨੇ, ਕਦੀ ਇਹ ਮੰਨਣਗੇ ਅਸੀਂ ਵੀ ਗਲਤਾਂ? ਇਹ ਬੜੀਆਂ ਬੜੀਆਂ ਗੋਲ ਪੱਗਾਂ ਵਾਲੇ, ਰਫਲਾਂ ਵਾਲੇ, ਮੰਨਣਗੇ ਅਸੀਂ ਵੀ ਗਲਤਾਂ? ਕਦੀ ਮੰਨਣਗੇ? ਉਹ ਬਾਬਾ ਤਾਂ ਕਹਿ ਰਿਹਾ ਮੈਂ ਤਾਂ ਇਸ ਗੱਲੋਂ ਡੋਲ ਰਿਹਾ ਵੀ ਮੇਰੀ ਜ਼ਿੰਦਗੀ ਦੀ ਪਾਪ ਨਾਲ ਬੇੜੀ ਭਰੀ ਪਈ ਆ, ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਪਈ, ਕੋਈ ਮੰਨੂਗਾ? ਗਿਣਤੀ ਬਿਣਤੀ ਕਰਦਾ ਰਹਿੰਦਾ ਵੀ ਮੈਂ ਇੰਨੇ ਕੁ ਗੁਨਾਹ ਕੀਤੇ, ਇੰਨੇ ਚੰਗੇ ਕੰਮ ਕੀਤੇ ਨੇ, ਜੇ ਮੈਂ ਇੰਨੇ ਗੁਨਾਹ ਕੀਤੇ ਤਾਂ ਇੰਨੇ ਚੰਗੇ ਵੀ ਤਾਂ ਕੀਤੇ ਆ ਨਾ। ਇੱਧਰ ਮੇਰਾ ਜਗਤ ਦਾ ਮਾਲਕ ਰਾਮ ਕਲੀ ਰਾਗ ਵਿੱਚ ਕਹਿੰਦਾ ਹਮ ਡੋਲਤ, ਮੈਂ ਡੋਲਦਾ ਵਾਂ ਕਿ ਮੇਰੇ ਜ਼ਿੰਦਗੀ ਦੀ ਜਿਹੜੀ ਬੇੜੀ ਆ ਇਹ ਪਾਪਾਂ ਨਾਲ ਭਰ ਗਈ ਆ, ਪਵਨ ਲੱਗੇ ਮੱਤ ਜਾਈ, ਇੰਨਾ ਕੁ ਹਵਾ ਦਾ ਝੋਂਕਾ ਹੀ ਲੱਗਣਾ, ਹੁਣ ਤਾਂ ਭਰੀ ਪਈ ਆ ਉਲਟ ਜਾਣੀ। ਆਖ ਨਹੀਂ ਦਿੰਦੇ ਫਲਾਣੇ ਦੀ ਬੇੜੀ ਪਾਪਾਂ ਨਾਲ ਭਰ ਗਈ ਹੁਣ ਉਲਟਣ ਵਾਲੀ?
ਸਾਹਿਬ ਜੀ ਕਹਿੰਦੇ ਵੀ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਫੂਟੇ ਛੇਕ ਹਜ਼ਾਰ। ਉੱਧਰੋਂ ਉਹ ਬੇੜਾ ਜਿਹਦੇ 'ਚ ਹਜ਼ਾਰਾਂ ਛੇਕ ਨੇ ਅਤੇ ਉਹਦੇ 'ਤੇ ਨਿੰਦਾ ਪੱਥਰ ਲੱਦੇ ਨੇ, ਗੁਨਾਹਾਂ ਦੇ ਪੱਥਰ ਲੱਦੇ ਨੇ, ਕੁਕਰਮਾਂ ਦੇ ਪੱਥਰ ਲੱਦੇ ਨੇ ਉਸ ਬੇੜੇ 'ਤੇ। ਉੱਧਰੋਂ ਛੇਕ ਹਜ਼ਾਰਾਂ ਨੇ ਅਤੇ ਪਾਣੀ ਪੈਣਾ ਵਿੱਚ ਸ਼ੁਰੂ ਹੋ ਗਿਆ ਬੇੜੇ ਦੇ। ਉੱਧਰੋਂ ਮੇਰੇ ਹਰ ਗੁਨਾਹ ਬੇੜੀ ਦੇ ਵਿੱਚ ਲੱਦੇ ਪਏ ਨੇ। ਅਤੇ ਬਾਬਾ ਕਬੀਰ ਕਹਿੰਦਾ ਹਰੂਏ ਹਰੂਏ ਤਰ ਗਏ, ਹੌਲੇ ਹੌਲੇ ਜਿਹੜੇ ਸੀ ਨਾ ਜਿਨ੍ਹਾਂ ਦੀ ਬੇੜੀ 'ਚ ਬਹੁਤਾ ਭਾਰ ਨਹੀਂ ਸੀ ਉਹਨਾਂ ਨੇ ਬੇੜਾ ਡੁੱਬਣ ਲੱਗਾ ਛਾਲ ਮਾਰਤੀ। ਜਬ ਦੇਖਿਓ ਬੇੜਾ ਜਰਜਰਾ, ਵੇਖਿਆ ਬੇੜਾ ਕਮਜ਼ੋਰ ਆ, ਤਾਂ ਉੱਤਰ ਪਰਿਓ ਹੋ ਫਰਕ ਫਰਕ, ਅੱਖ ਦੇ ਫਰਕੇ ਨਾਲ ਛਾਲ ਮਾਰਤੀ ਜਦੋਂ ਵੇਖਿਆ ਬੇੜਾ ਕਮਜ਼ੋਰ ਆ। ਦੁਨੀਆਂ ਦੇ ਲੋਕੋ ਐਸੀ ਜ਼ਿੰਦਗੀ ਤੋਂ ਤੋਬਾ ਕਰਕੇ ਇਹੋ ਜਿਹੀ ਜ਼ਿੰਦਗੀ ਛੱਡ ਕੇ ਉਹ ਨਹੀਂ ਦਿੰਦੇ ਜਿਹਦੇ 'ਚ ਗੁਨਾਹ ਨੇ। ਕਿੰਨੇ ਸੁੰਦਰ ਬਚਨ ਆ ਇਹ ਤੁਹਾਡੇ ਅਤੇ ਮੇਰੇ ਲਈ ਉਚਾਰੇ ਨੇ। ਅਸੀਂ ਕੇਵਲ ਪੂਜਾ ਸ਼ੁਰੂ ਕਰਤੀ, ਰਮਾਲੇ ਚੜਾਓ। ਵੇਖੋ ਜਿਹੜਾ ਪਖੰਡ ਪੰਡਿਤ ਕੋਲ ਸੀ ਹਜ਼ਾਰਾਂ ਸਾਲਾਂ ਤੋਂ, ਉਹੀ ਪਖੰਡ ਗੁਰਦੁਆਰੇ 'ਚ ਆ। ਜਿਹੜਾ ਹਜ਼ਾਰਾਂ ਸਾਲਾਂ ਤੋਂ ਭੋਗ ਲਵਾਉਣੇ, ਬਸਤਰ ਚੜਾਉਣੇ, ਚੁੰਨੀ ਉਹ ਚੁੰਨੀਆਂ ਚੜਾਉਂਦੇ ਸੀ, ਸਿਰ ਮਾਲੇ ਚੜਾਉਂਦੇ, ਗੱਲ ਤਾਂ ਉੱਥੇ ਹੀ ਹੈ। ਫਿਰ ਵੀ ਉਹ ਵੀ ਜੋਤਾਂ ਜਗਾਉਂਦੇ ਸੀ, ਅਸੀਂ ਵੀ ਗੁਰਦੁਆਰਿਆਂ 'ਚ ਜੋਤਾਂ ਜਗਾਉਂਦੇ ਹਾਂ। ਉਹ ਵੀ ਟੱਲ ਖੜਕਾਉਂਦੇ ਸੀ, ਅਸੀਂ ਵੀ ਕੇਸਗੜ੍ਹ ਸਾਹਿਬ ਹੁਣ ਟੱਲ ਖੜਕਦਾ ਹੈ ਉੱਤੇ, ਜਿਹੜਾ ਘੜਿਆਲ ਵੱਜਦਾ ਟੱਲ ਹੀ ਖੜਕਦਾ ਹੈ, ਨਗਾਰਾ ਕਿਉਂ ਨਾ। ਜੇ ਪਤਾ ਹੀ ਦੱਸਣਾ ਸੀ ਵੀ ਇੱਕ ਵੱਜ ਗਿਆ ਅਤੇ ਇੱਕ ਵਜੇ ਨਗਾਰਾ ਵੱਜਣ ਦਾ ਵੀ ਇੱਕ ਵੱਜ ਗਿਆ ਜੀ, ਦੂਸਰੀ ਵਾਰ ਵੱਜਣ ਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਦੋ ਵੱਜ ਗਏ, ਵੀ ਨਗਾਰੇ ਸੀ ਜਿੱਥੇ ਨਗਾਰੇ ਵੱਜਦੇ ਸੀ ਅੱਜ ਉੱਥੇ ਟੱਲ ਵੱਜਦੇ, ਫਰਕ ਕੀ ਪਿਆ ਹੈ। ਅਤੇ ਫਿਰ ਉਹ ਵੀ ਵੇਖਣ ਡਿਆ ਹੈ, ਉਹ ਵੀ ਵੇਖਣ ਡਿਆ ਬੈਠਾ, ਉੱਥੇ ਗਿਆ ਨਹੀਂ ਕਿਤੇ। ਇਹ ਗੱਲ ਮੰਨ ਲਿਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਆਨੰਦਾਂ ਦੀ ਪੁਰੀ ਵਾਲਾ ਸਤਿਗੁਰੂ ਆਨੰਦਪੁਰ ਸਾਹਿਬ ਨੂੰ ਛੱਡ ਕੇ ਕਦੀ ਗਿਆ ਨਹੀਂ, 24 ਘੰਟੇ ਉੱਥੇ ਆ, ਉੱਥੇ ਬੈਠਾ ਅਤੇ ਉਹ ਵੇਖਣ ਡਿਆ ਤੁਹਾਡੀਆਂ ਕਰਤੂਤਾਂ ਲੋਕੋ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਉਹ ਅਕਾਲ ਪੁਰਖ ਜਿਹੜਾ ਵਾ ਉਹਦੀ ਜ਼ਿੰਦਗੀ 'ਚ ਕੋਈ ਛੇਕ ਨਹੀਂ, ਹਰੂਏ ਹਰੂਏ ਤਿਰ ਗਏ, ਜਿਹੜੇ ਹੌਲੇ ਹੌਲੇ ਸੀ ਉਹਨਾਂ ਛਾਲਾਂ ਮਾਰਤੀਆਂ, ਤਰ ਕੇ ਬਾਹਰ ਨਿਕਲ ਗਏ, ਬੇੜਾ ਡੁੱਬਣ 'ਚੋਂ ਲੱਗਾ ਸੀ। ਅਤੇ ਵਾਹਿਗੁਰੂ ਗਰੀਬ ਨਵਾਜ਼ ਪਾਤਸ਼ਾਹ ਦੀ ਦਇਆ ਨਾਲ ਅੱਜ ਕਹਿੰਦੇ ਵੀ ਮੈਂ ਤਾਂ ਉਸ ਵਾਹਿਗੁਰੂ ਦਾ ਉਪਾਸ਼ਕ ਹਾਂ ਜਿਹਦੀ ਜ਼ਿੰਦਗੀ 'ਚ ਕੋਈ ਸ਼ਿਗਰ ਨਹੀਂ, ਅਦਾਗ ਅਦੋਖ ਅਛਿਦਰ ਅਤੇ ਅਸ਼ੈ ਹੈ, ਸ਼ੈ ਨਾਸ ਹੋਣ ਤੋਂ ਰਹਿਤ, ਜਿਹਨੇ ਸ਼ੈ ਨਹੀਂ ਕਦੀ ਹੋਣਾ, ਜਿਹਨੇ ਲੈ ਨਹੀਂ ਹੋਣਾ। ਮੈਂ ਤਾਂ ਉਹਦਾ ਪਾਸ਼ਕ ਹਾਂ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ। ਅੰਤ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਖੋ ਦੁਨੀਆਂ ਦੇ ਬੇਅੰਤ ਲੋਕ ਆ ਜਿਹੜੇ ਇੱਧਰ ਉੱਧਰ ਤੁਰੇ ਫਿਰਦੇ ਆ, ਮਗਰ ਤਾਰਿਆਂ ਦੀ ਜੇ ਕੋਈ ਪੂਜਾ ਕਰਦਾ ਤਾਂ ਇੱਕ ਦਿਨ ਤਾਰੇ ਵੀ ਡਰਦੇ ਆ, ਉਹਨਾਂ ਨੂੰ ਵੀ ਡਰ ਆ ਵੀ ਅਸੀਂ ਛੁਪ ਜਾਣਾ ਹੈ। ਜਰਾ ਸੂਰਜ ਦੀ ਕਿਰਨ ਆਈ ਅਤੇ ਅਸੀਂ ਛੁਪ ਜਾਣਾ ਹੈ, ਧਰਤੀ ਵੀ ਡਰਦੀ ਵੀ ਮੈਂ ਵੀ ਇੱਕ ਦਿਨ ਲੈ ਹੋ ਜਾਣਾ ਹੈ, ਅਸਮਾਨ ਵੀ ਡਰਦਾ ਹੈ, ਸੂਰਜ ਵੀ ਡਰਦਾ ਹੈ, ਚੰਦਰਮਾ ਵੀ ਡਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਤਾਂ ਉਹਦਾ ਪਾਸ਼ਕ ਹਾਂ ਜਿਹੜਾ ਅੰਤ ਵਿਹੀਨ ਆ, ਅੰਤ ਤੋਂ ਰਹਿਤ ਆ, ਅਨਾਤਮ ਆਪ ਵਾਹਿਗੁਰੂ ਆਤਮਾ ਤੋਂ ਰਹਿਤ ਆ, ਆਪ ਸਾਰਿਆਂ ਦੇ ਵਿੱਚ ਆ ਮਗਰ ਆਤਮਾ ਤੋਂ ਰਹਿਤ ਆ, ਸ਼ਬਦ ਵਿੱਚ ਕੋਈ ਆਤਮਾ ਨਹੀਂ, ਅਦਾਗ ਸ਼ਬਦ ਨੂੰ ਕੋਈ ਦਾਗ ਨਹੀਂ,
ਅਦੋਖ ਅਦੋਖ, ਕੋਈ ਦੋਖ ਨਹੀਂ, ਕੋਈ ਗੁਨਾਹ ਨਹੀਂ ਸ਼ਬਦ ਵਿੱਚ, ਅਛਦਰ ਕੋਈ ਛੇਕ ਨਹੀਂ, ਅਸ਼ੈ ਹੈ ਲੈ ਤੋਂ ਰਹਿਤਾ, ਖਤਮ ਹੋਣ ਤੋਂ ਰਹਿਤਾ, ਨਾਸ਼ ਰਹਿਤਾ। ਮੈਂ ਤਾਂ ਉਹਦਾ ਸੇਵਕ ਹਾਂ, ਲੋਗਨ ਕੇ ਕਰਤਾ ਹਰਤਾ, ਲੋਕਾਂ ਨੂੰ ਪੈਦਾ ਕਰਨ ਵਾਲਾ ਅਤੇ ਲੋਕਾਂ ਨੂੰ ਮਾਰਨ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਆਦਿ ਸ਼ਕਤੀ ਆ। ਲੋਕੋ ਅਕਾਲ ਉਸਤਤ ਵਿੱਚ ਮੈਂ ਤੁਹਾਨੂੰ ਕਹਿ ਰਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਸ ਅਕਾਲ ਪੁਰਖ ਨਾਲ ਜੁੜੋ। ਵਾਹਿਗੁਰੂ ਤਿੰਨ ਸ਼ਬਦ ਸਿੱਖ ਦੀ ਝੋਲੀ 'ਚ ਪਾ ਕੇ ਗਏ, ਮਗਰ ਮੈਂ ਹੈਰਾਨ ਹਾਂ ਕਿੰਨੇ ਕੁ ਸਿੱਖ ਹੋਣਗੇ ਜਿਨ੍ਹਾਂ ਨੇ ਇਹ ਵਚਨ ਝੋਲੀ 'ਚ ਪਵਾਏ ਨੇ। ਪੂਜਾ ਸਾਰੇ ਜੇ ਮਾਂ ਮਾਈ ਦਾ ਜਗਰਾਤਾ ਅਤੇ ਉੱਥੋਂ ਪ੍ਰਸ਼ਾਦ ਲੈਣ ਡਏ ਆ, ਜੇ ਕਿਸੇ ਕਬਰ 'ਤੇ ਚੌਲ ਬਣੇ ਨੇ ਤਾਂ ਉੱਥੋਂ ਦੀ ਪੂਜਾ ਕਰਨ ਡਏ ਆ, ਜੰਡ ਨੂੰ ਧਾਗੇ ਬੰਨਣ ਡਏ ਆ, ਉੱਥੇ ਕਰਨ ਡਏ ਆ, ਉੱਥੇ ਕਰਨ ਡਏ। ਇਹ ਪੰਜਾਬ ਦੇ ਉਹ ਸਿੱਖ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋ। ਇਹ ਉਹ ਲੋਕ ਨੇ ਜਿਨ੍ਹਾਂ ਦੀ ਧਰਤੀ ਦੇ ਉੱਤੇ ਨਨਕਾਣਾ ਸਾਹਿਬ ਵਿੱਚ ਇੱਕ ਐਸਾ ਲਲਾਟ ਜਲਿਆ, ਐਸੀ ਲਾਟ ਬਲੀ, ਜਿਹਨੇ ਤੁਰ ਅੰਦਰਾਂ ਵਿੱਚ ਪ੍ਰਕਾਸ਼ ਕਰਾ ਦਿੱਤਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ, ਮਗਰ ਮੇਰੇ ਖਵਾਉਣ ਵਾਲੇ ਅਜੇ ਹਨੇਰੇ 'ਚ ਹੀ ਤੁਰੇ ਫਿਰਦੇ, ਹਨੇਰੇ ਵਿੱਚ ਹੀ ਪੈ ਹੱਥ ਪੈਰ ਮਾਰਦੇ ਫਿਰਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਉਹਦੇ ਨਾਲ ਜੁੜਿਆ ਪੂਜਾ, ਅਤੇ ਕਦੀ ਵੀ ਧੀ ਦਾ ਵਿਆਹ ਕਰਨਾ ਹੈ, ਪੁੱਤ ਦਾ ਵਿਆਹ ਕਰਨਾ ਹੈ, ਬੱਚੇ ਦਾ ਨਾਂ ਰੱਖਣਾ ਹੈ ਅਤੇ ਪਰਚਾ ਸ਼ਬਦ ਦਾ, ਸ਼ਬਦ ਕੋਲੋਂ ਸਲਾਹ ਲੈਣੀ, ਮਹਾਰਾਜ ਬੱਚੇ ਦਾ ਕੀ ਨਾਂ ਲਾ। ਉਹ ਕਹਿੰਦੇ ਪਹਿਲੇ ਅਕਸ਼ਰ ਤੋਂ ਰੱਖ ਲਈ। ਅੰਤ ਜਦੋਂ ਅੰਤਲੀ ਘੜੀ ਤੱਕ ਇਹ ਬੱਚਾ ਤੇਰੇ ਸਾਹਮਣੇ ਆਊਗਾ, ਅਤੇ ਜਿੱਥੇ ਤੈਨੂੰ ਬੱਚਾ ਚਿੱਤੇ ਆਊਗਾ, ਇਹਦਾ ਨਾਂ ਚਿੱਤੇ ਆਊਗਾ, ਤੂੰ ਬਰਿੰਦਰ ਸਿੰਘ ਕਹੇਗਾ, ਅਤੇ ਬਰਿੰਦਰ ਸਿੰਘ ਦੇ ਨਾਲ ਹੀ ਤੈਨੂੰ ਗੁਰੂ ਗ੍ਰੰਥ ਸਾਹਿਬ ਵੀ ਚੇਤੇ ਆਉਣਗੇ। ਜੇ ਨਾਮ ਖਾਲਸਾ ਜੀ ਨੇ ਰੱਖਿਆ, ਭਾਈ ਸਾਹਿਬ ਨੇ ਰੱਖਿਆ, ਬਾਬਾ ਜੀ ਨੇ ਰੱਖਿਆ, ਤਾਂ ਫਿਰ ਖਾਲਸਾ ਜੀ ਅਤੇ ਬਾਬਾ ਜੀ ਆਉਣਗੇ ਚੇਤੇ। ਜੇ ਤਾਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਖਿਆ, ਅਤੇ ਜਦੋਂ ਤੁਸੀਂ ਆਪਣੇ ਉਹਨੂੰ ਕਰੋਗੇ ਤਾਂ ਤੁਹਾਨੂੰ ਚੇਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣਗੇ। ਪਰਚਾ ਅਤੇ ਦੀਦਾਰ ਖਾਲਸੇ ਦਾ, ਇਹ ਜਿਹਨਾਂ ਨੂੰ ਕਹਿੰਦੇ ਨਾ ਦੀਦਾਰ ਖਾਲਸੇ ਦਾ, ਕਿਤੇ ਇਹਨਾਂ ਦੇ ਕੋਲੋਂ ਦੀ ਲੰਘ ਕੇ ਵੇਖੋ। ਹੁਣ ਜਿਹਨਾਂ ਨੂੰ ਕਿਹਾ ਸੀ ਨਾ ਵੀ ਦੀਦਾਰ ਮੇਰੀ ਜਗ੍ਹਾ 'ਤੇ ਮੇਰੇ ਖਾਲਸੇ ਦਾ ਕਰ ਲਿਓ, ਅਤੇ ਇਹਨਾਂ ਨੂੰ ਬਾਣੇ ਵਾਲਾ ਸਿੰਘ ਮਿਲ ਜਾਵੇ ਅਤੇ ਭੱਜ ਕੇ ਕੁੰਡੀ ਲਾ ਲੈਂਦੇ। ਸਮਾਂ ਆ ਗਿਆ, ਮਾੜਾ ਆ ਗਿਆ। ਤੁਸੀਂ ਕਿਸੇ ਗੁਰਦੁਆਰੇ ਦੇ ਦਫ਼ਤਰ ਵਿੱਚ ਜਾ ਕੇ ਵੇਖ ਲਓ, ਇਹਨਾਂ ਨੂੰ ਕਹੋ ਜੀ ਫਲਾਣਾ ਐਮ ਐਲ ਏ ਆ ਗਿਆ, ਕੁਰਸੀ ਡਾ ਦੇਣਗੇ। ਇਹਨਾਂ ਨੂੰ ਕਹਿ ਕੇ ਵੇਖੋ ਖਾਲਸਾ ਜੀ ਆਏ ਨੇ। ਕੁਛ ਨਹੀਂ, ਇੱਥੇ ਮੂੰਹ 'ਤੇ ਤਿਉੜੀਆਂ ਪੈ ਜਾਣਗੀਆਂ। ਕਿੱਥੇ ਆ ਫਿਰ ਸਿਧਾਂਤ? ਤਾਂ ਤਿੰਨਾਂ ਹਿੱਸਿਆਂ 'ਚ ਰੁਲ ਗਿਆ, ਨਾ ਪੂਜਾ ਅਕਾਲ ਦੀ ਰਹੀ, ਨਾ ਪਰਚਾ ਸ਼ਬਦ ਦਾ ਰਿਹਾ, ਨਾ ਦੀਦਾਰ ਖਾਲਸੇ ਦਾ ਰਿਹਾ। ਕਿੱਥੇ ਪੰਥ ਦੀ ਚੜ੍ਹਦੀ ਕਲਾ ਹੋਣੀ? ਤਿੰਨ ਬਚਨ ਹੀ ਝੋਲੀ 'ਚ ਪਾਏ ਸੀ, ਕੋਈ ਚੌਥਾ ਤਾਂ ਪਾਇਆ ਨਹੀਂ। ਪੂਜਾ ਅਕਾਲ ਕੀ? ਅਕਾਲ ਦੀ ਪੂਜਾ ਤੋਂ ਟੁੱਟ ਕੇ ਕੁਰਬਲ 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 ਹਰ ਪਿੰਡ ਵਿੱਚ, ਹਰ ਘੜੀ ਵਿੱਚ, ਹਰ ਜੇ ਕੋਈ ਗੁਰਦੁਆਰਾ ਵੀ ਆ ਉੱਥੇ ਕਿਸੇ ਬਾਬੇ ਦੀ ਫੋਟੋ ਲਿਆ ਕੇ ਲਾਈ। ਜੇ ਗੁਰਦੁਆਰੇ ਬਾਬੇ ਦੀ ਫੋਟੋ ਨਹੀਂ ਤਾਂ ਨਿਤਨੇਮ ਬਾਬੇ ਦੇ ਕਹਿਣ ਅਨੁਸਾਰ ਕੀਤਾ ਜਾ ਰਿਹਾ। ਸ਼੍ਰੀ ਜਪਜੀ ਸਾਹਿਬ, ਸ਼੍ਰੀ ਸੁਖਮਨੀ ਸਾਹਿਬ, ਕਿੱਧਰ ਗਿਆ ਜਾਪ ਸਾਹਿਬ, ਕਿੱਧਰ ਗਏ ਸਵਈਏ, ਕਿੱਧਰ ਗਏ ਚਪਈ ਸਾਹਿਬ, ਕਿੱਧਰ ਗਿਆ ਆਨੰਦ ਸਾਹਿਬ, ਕਿੱਧਰ ਕੀ ਆਸਾ ਕੀ ਵਾਰ? ਬਾਬਾ ਰੱਬ ਹੋ ਗਿਆ, ਬਾਬਾ ਹੀ ਰੱਬ ਹੋ ਗਿਆ ਜਿਹਨੇ ਕਿਹਾ ਵੀ ਇੱਥੇ ਜਾਪ ਸਾਹਿਬ ਨਹੀਂ ਪੜ੍ਹਨਾ ਪਏ। ਬਹੁਤ ਸਾਰੇ
ਬਹੁਤ ਸਮਾਂ ਪਹਿਲੋਂ ਜਮੁਨਾ ਨਗਰ ਤੋਂ ਕੋਈ ਸੰਗਤ ਹਜ਼ੂਰ ਸਾਹਿਬ ਵਾਲੀ ਗੱਡੀ 'ਚ ਚੜ੍ਹੀ, ਹਜ਼ੂਰ ਸਾਹਿਬ ਜਿਹੜੀ ਸੱਚਖੰਡ ਜਾਂਦੀ, ਉਹਦੇ ਵਿੱਚ ਜਿਹੜੀ ਸੰਗਤ ਚੜ੍ਹੀ ਅਤੇ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਇੱਕ ਰਾਗੀ ਸਾਹਿਬਾਨ ਸੰਗਤ ਲੈ ਕੇ ਜਾ ਰਿਹਾ ਸੀ ਅਤੇ ਉਹਨੇ ਜਮੁਨਾ ਨਗਰ ਕੋਲ ਜਾ ਕੇ ਅਤੇ ਗੁਟਕੇ ਵੰਡੇ ਵੀ ਨਿਤਨੇਮ ਅਸੀਂ ਕਰਨਾ ਸਪੀਕਰ ਵਿੱਚ, ਹਰ ਡੱਬੇ 'ਚ ਸਪੀਕਰ ਲੱਗਾ ਹੈ ਅਤੇ ਤੁਸੀਂ ਸਾਡੇ ਨਾਲ ਨਿਤਨੇਮ ਕਰਨਾ। ਉਹ ਕਹਿੰਦਾ ਮੈਂ ਗੁਟਕਾ ਖੋਲ੍ਹ ਕੇ ਵੇਖਿਆ, ਸ੍ਰੀ ਜਪਜੀਤ ਸਾਹਿਬ ਤਾਂ ਹੈਗਾ ਸੀ, ਜਾਪ ਸਾਹਿਬ ਨਹੀਂ ਸੀ, ਸਵਈਏ ਨਹੀਂ ਸੀ, ਚਪਈ ਨਹੀਂ ਸੀ, ਆਨੰਦ ਸਾਹਿਬ ਹੈਗਾ ਸੀ ਜਾਂ ਜਪਜੀਤ ਸਾਹਿਬ ਹੈਗਾ ਸੀ। ਇਹ ਉਹ ਚਿੱਟੀਆਂ ਪੱਗਾਂ ਵਾਲੀਆਂ ਜੂਆਂ ਨੇ ਜਿਹੜੀਆਂ ਸਾਨੂੰ ਖਾ ਗਈਆਂ। ਸਾਹਿਬ ਕਹਿੰਦੇ ਮੈਂ ਤਾਂ ਉਹਦਾ ਪਾਸ਼ਕ ਹਾਂ ਜਿਹੜਾ ਲੋਗਨ ਕੇ ਕਰਤਾ ਹਰਤਾ, ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ, ਜਿਹੜਾ ਜਲ ਵਿੱਚ ਥਲ ਵਿੱਚ ਸਾਰਿਆਂ ਦੀ ਪਾਲਣਾ ਭਰਤਾ, ਮੈਂ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮੇਸ਼ੁਰ ਆ ਦੁਨੀਆ ਦੇ ਲੋਕੋ, ਮੈਂ ਤਾਂ ਉਹਦਾ ਪਾਸ਼ਕ ਹਾਂ ਅਤੇ ਤੁਹਾਨੂੰ ਵੀ ਕਹਿੰਦਾ ਵੀ ਉਹਦੇ ਪਾਸ਼ਕ ਬਣੋ, ਅਕਾਲ ਪੁਰਖ ਨਾਲ ਜੁੜੋ, ਅਕਾਲ ਪੁਰਖ ਦੀ ਪੂਜਾ ਵਿੱਚ ਜੁੜੋ। ਇੱਕ ਅਕਾਲ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦਿ ਅਜੋਨ ਅਜੈ ਅਵਿਨਾਸ਼ੀ ਤੈਂ ਪਰਮੇਸ਼ੁਰ ਜਾਨੋ, ਆਦਮ ਅਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ, ਉਸ ਵਾਹਿਗੁਰੂ ਪਰਮੇਸ਼ੁਰ ਨਾਲ ਜੁੜੋ। ਸਤਿਗੁਰੂ ਸਾਰਿਆਂ ਦਾ ਭਲਾ ਕਰੇ, ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਵੇ। ਪਿਛਲੀ ਲਾਈਨ ਵਿੱਚ ਸਤਿਗੁਰੂ ਕਹਿੰਦੇ ਉਹ ਜਿਹੜਾ ਵਾਹਿਗੁਰੂ ਆ ਦੀਨ ਦਇਆਲ ਦਇਆ ਕਰ ਸ੍ਰੀ ਪਤ, ਹੇ ਵਾਹਿਗੁਰੂ ਗਰੀਬ ਨਵਾਜ ਜੀ ਦਇਆ ਕਰ, ਸੁੰਦਰ ਸ੍ਰੀ ਪਦਮਾ ਪਤ ਇਹ ਹੈ, ਮੈਂ ਤਾਂ ਉਹਦਾ ਪਾਸ਼ਕ ਹਾਂ ਜਿਹੜਾ ਸੁੰਦਰ ਸ੍ਰੀ ਪਦਮਾ ਪਤ ਵਾਹਿਗੁਰੂ ਪਰਮੇਸ਼ੁਰ ਉਹੀ ਆ, ਮੈਂ ਉਹਦੇ ਨਾਲ ਜੁੜਿਆ, ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਵੀ ਉਹਦੇ ਤੋਂ ਇਲਾਵਾ ਵੀ ਕੋਈ ਹੋਰ ਆ। ਸੁੰਦਰ ਸ੍ਰੀ ਪਦਮਾ ਪਤ ਇਹ ਹੈ, ਇਹ ਹੈ ਜਿਹਦੇ ਨਾਲ ਮੈਂ ਤੁਹਾਨੂੰ ਜੋੜ ਰਿਹਾ। ਸਤਿਗੁਰੂ ਪਾਤਸ਼ਾਹ ਸਾਰਿਆਂ ਦਾ ਭਲਾ ਕਰੇ, ਉਸ ਅਕਾਲ ਪੁਰਖ ਨਾਲ ਜੁੜੀਏ, ਆਪਣੇ ਮਨੁੱਖਾ ਜਨਮ ਦੀ ਬਾਜ਼ੀ ਨੂੰ ਹਾਰੀਏ ਨਾ। ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੀ ਹੋਰ ਉਪਾਸ਼ਨਾ ਕਰੂਗਾ, ਭਾਈ ਮਨੁੱਖਾ ਜਨਮ ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ, ਜਨਮ ਜੂਏ 'ਚ ਹਾਰ ਕੇ ਚਲੇ ਜਾਣਗੇ। ਸਾਰਿਆਂ ਨੂੰ ਬੇਨਤੀ ਹੈ ਭਾਈ ਇੱਕ ਅਕਾਲ ਪੁਰਖ ਨਾਲ ਜੁੜੋ, ਬਾਣੀ ਪੜ੍ਹੋ, ਸਿਮਰਨ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਸਾਰਿਆਂ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।